ਤੇ ਕਿੰਨੇ ਕਿ ਪੈਸੇ ਰੋਜ਼ ਕਮਾ ਲੈਂਦੇ ਹੋ? 7-800 ਰੁਪਏ। 7-800 ਬਚ ਜਾਂਦਾ ਵਾ? ਹਾਂਜੀ। ਅੱਛਾ, ਤੇ ਬੱਚੇ ਠੀਕ ਰੋਟੀ ਖਾਂਦੇ ਆ? ਬੱਚੇ ਠੀਕ ਰੋਟੀ ਖਾਂਦੇ ਆ। ਕਿੰਨੇ ਬੱਚੇ ਆ? ਬੱਚੇ ਤਾਂ ਨਹੀਂ ਹੈ ਜੀ, ਮਾਂ ਬਾਪ ਆ, ਦੋ ਭੈਣਾਂ ਵਿਆਹ ਵਾਲੀਆਂ। ਬੱਚੇ ਕੋਈ ਨਹੀਂ? ਨਹੀਂ। ਸ਼ਾਦੀ ਨਹੀਂ ਹੋਈ? ਸ਼ਾਦੀ ਹੋਈ ਸੀ, ਬੀਵੀ ਨੇ ਤਲਾਕ ਲੈ ਲਈ ਸੀ। ਕਿਉਂ? ਬਸ ਉਹਨਾਂ ਦੀ ਮਰਜ਼ੀ ਸੀ। ਨਹੀਂ ਮਤਲਬ ਕਿ ਅਖਰਜਾਤ ਨਹੀਂ ਪੂਰੇ ਹੁੰਦੇ ਜਾਂ ਕੋਈ ਲੜਾਈ ਝਗੜਾ ਸੀ, ਕੀ ਗੱਲ ਸੀ? ਕਹਿੰਦੇ ਸੀ ਅਖਰਜਾਤ ਨਹੀਂ ਤੇਰੇ ਕੋਲ ਪੂਰੇ ਹੁੰਦੇ। ਜਾ ਕਿੱਥੇ ਰਹੇ? ਸਿਆਣੇ ਸੇਲ ਕਰਨ ਜਾ ਰਿਹਾ। ਸਿਆਣਾ ਛੋਟਾ ਕਿ ਵੱਡਾ? ਛੋਟਾ। ਛੋਟਾ ਵੱਡਾ? ਅੱਛਾ, ਤੇ ਕੀ ਸੇਲ ਕਰਦੇ ਹੋ? ਆਈਸਕ੍ਰੀਮ ਦੇ ਕੁਲਫੀ ਨਾ ਉਹ ਜਿਹੜਾ ਕੀ ਹੈ। ਇਹ ਕਿਵੇਂ ਕਿਵੇਂ ਵੇਚਦੇ ਹੋ? ਇਹ 50 ਰੁਪਏ ਦੀ ਹੈ, 100 ਰੁਪਏ ਥੋੜੇ ਪਿੱਛੇ ਹੋ ਗਏ ਤਰ੍ਹਾਂ। ਹਾਂਜੀ। ਅੱਛਾ, ਇਹ 100 ਰੁਪਏ ਦੀ, ਇਹ 10 ਰੁਪਏ ਦੀ, ਇਹ 20 ਰੁਪਏ ਦੀ। ਅੱਛਾ, ਤੇ 50 ਰੁਪਏ ਦੀ ਕਿਹੜੀ? ਇਹ ਐਡੀ ਮਹਿੰਗੀ? ਮਹਿੰਗਾਈ ਦਾ ਦੌਰ ਜੀ, ਹਰ ਸ਼ਾਇਦ ਜਦੋਂ 50 ਰੁਪਏ ਨਾ ਹੀ ਹੋਣਗੇ ਉਦੋਂ ਵਿਚਾਰਾ ਤਰਸ ਲੈ ਜਾਏ। 10 ਦੀ ਲਾ ਲੈਂਦਾ। ਅੱਛਾ, 10 ਦੀ ਲੈ ਲੈ। ਸਹੀ। ਤੇ ਕਿੰਨੇ ਕਿ ਪੈਸੇ ਰੋਜ਼ ਕਮਾ ਲੈਂਦੇ ਹੋ? 7-800 ਰੁਪਏ। 7-800 ਬਚ ਜਾਂਦਾ ਵਾ? ਹਾਂਜੀ। ਅੱਛਾ, ਤੇ ਬੱਚੇ ਠੀਕ ਰੋਟੀ ਖਾਂਦੇ ਆ? ਬੱਚੇ ਠੀਕ ਰੋਟੀ ਖਾਂਦੇ ਆ। ਕਿੰਨੇ ਬੱਚੇ ਆ? ਬੱਚੇ ਤਾਂ ਨਹੀਂ ਹੈ ਜੀ, ਮਾਂ ਬਾਪ ਆ, ਦੋ ਭੈਣਾਂ ਵਿਆਹ ਵਾਲੀਆਂ। ਬੱਚੇ ਕੋਈ ਨਹੀਂ? ਨਹੀਂ। ਸ਼ਾਦੀ ਨਹੀਂ ਹੋਈ? ਸ਼ਾਦੀ ਹੋਈ ਸੀ, ਬੀਵੀ ਨੇ ਤਲਾਕ ਲੈ ਲਈ ਸੀ। ਕਿਉਂ? ਬਸ ਉਹਨਾਂ ਦੀ ਮਰਜ਼ੀ ਸੀ। ਨਹੀਂ ਮਤਲਬ ਕਿ ਅਖਰਜਾਤ ਨਹੀਂ ਪੂਰੇ ਹੁੰਦੇ ਜਾਂ ਕੋਈ ਲੜਾਈ ਝਗੜਾ ਸੀ, ਕੀ ਗੱਲ ਸੀ? ਕਹਿੰਦੇ ਸੀ ਅਖਰਜਾਤ ਨਹੀਂ ਤੇਰੇ ਕੋਲ ਪੂਰੇ ਹੁੰਦੇ। ਹਾਂ, ਚਲੋ ਨਹੀਂ ਵਿੱਚ ਰੱਖੋ ਸਰ। ਤਾਰਾ ਜੀ, ਹਾਂ, ਬੰਦਾ ਐਵੇਂ ਨਹੀਂ ਦੁਪਹਿਰੇ ਨਿਕਲਿਆ। ਹਾਂ, ਪਿੱਛੇ ਜਵਾਨ ਭੈਣਾਂ ਨੇ। ਬਿਲਕੁਲ। ਅਤੇ ਮਾਂ ਬਾਪ ਆ। ਮਾਂ ਬਾਪ ਇੱਦਾਂ ਹੈ ਨਾ, ਜਵਾਨ ਭੈਣਾਂ ਦੇ ਪਿੱਛੇ ਮਾਂ ਬਾਪ। ਅਤੇ 7-800 ਨੂੰ ਗੁਜ਼ਾਰਾ ਹੋ ਜਾਂਦਾ ਫਿਰ? ਹਾਂਜੀ, ਬਸ ਕਿੱਥੇ ਗੁਜ਼ਾਰੇ ਹੁੰਦੇ ਜੀ ਅੱਜ ਕੱਲ੍ਹ। ਸਰਕਲ ਚੱਲਦਾ। ਅੱਛਾ, ਅਤੇ ਜਦੋਂ ਮੌਸਮ ਖਰਾਬ ਹੋ ਜਾਂਦਾ ਫਿਰ ਕੀ ਕਰਦੇ ਹੋ? ਫਿਰ ਦਿਹਾੜੀ ਟੁੱਟ ਜਾਂਦੇ। ਟੁੱਟ ਜਾਂਦੀ ਜੀ। ਫਿਰ ਕੀ ਕਰਦੇ ਹੋ? ਫਿਰ ਵਿਹਲਾ ਰਹਿਣਾ ਪੈ ਜਾਂਦਾ, ਜਾਂ ਮਿਸਤਰੀਆਂ ਪਿੱਛੇ ਚੱਲ ਜਾਈਦਾ। ਅੱਛਾ, ਅਤੇ ਜਦੋਂ ਗਰਮੀ ਨਾ ਆਵੇ ਉਦੋਂ ਕੀ ਵੇਚਦੇ ਹੋ ਫਿਰ? ਉਦੋਂ ਮਿਸਤਰੀਆਂ ਪਿੱਛੇ ਮਿਹਨਤ ਨਾਲ ਕਰੋ। ਮਿਸਤਰੀਆਂ ਪਿੱਛੇ? ਹਾਂਜੀ। ਅਤੇ ਜਦੋਂ ਮਿਸਤਰੀਆਂ ਕੋਈ ਜਾਂਦੇ ਹੋ ਜਾ ਕੇ, ਤੁਸੀਂ ਆਸਮਾਨ ਹੁੰਦੇ ਕਿ ਸਾਨੂੰ ਦਿਹਾੜੀ ਮਿਲ ਜੇ, ਅਤੇ ਜੇ ਪਹਿਲੇ ਮਜ਼ਦੂਰ ਸਾ ਲੱਗੇ ਹੋਣ ਤਾਂ ਫਿਰ? ਫਿਰ ਵਾਪਸ ਆ ਜਾਣਾ ਪੈਂਦਾ ਘਰ। ਹਾਏ ਹਾਏ, ਯਾਨੀ ਇੱਕ ਘਰੋਂ ਸਫ਼ਰ ਤੈਅ ਕਰਨਾ ਅਤੇ ਮੁੜ ਕੇ ਵਾਪਸ ਆਉਣਾ। ਮਾਂ ਬਾਪ ਹੈ ਨੇ, ਬਜ਼ੁਰਗ ਨੇ? ਮਾਂ ਹੈਗੀ ਹੈ, ਮਾਂ ਬਾਪ। ਅੱਛਾ, ਇਹ ਦੱਸੋ ਕਿ ਹੁਣ ਤਾਂ ਗਰਮੀਆਂ ਵਾ, ਹੁਣ ਤਾਂ ਤੁਸੀਂ ਆਈਸਕ੍ਰੀਮ ਵਗੈਰਾ ਜਿਹੜਾ ਨਾ ਉਹ ਕਰ ਲੈਂਦੇ ਜੇ, ਸਰਦੀਆਂ 'ਚ ਵਿੱਚ ਇਹ ਸੀਜ਼ਨ ਦੌਰਾਨ ਥੋੜ੍ਹਾ ਪਿੱਛੇ ਪੈ ਜਾਂਦਾ। 10 ਦਿਨ ਹੋ ਰਿਹਾ ਕੰਮ। ਹਾਂ, ਫਿਰ ਉਸ ਤੋਂ ਬਾਅਦ ਕੀ ਕਰੋਗੇ? ਫਿਰ ਮਿਸਤਰੀਆਂ ਪਿੱਛੇ ਦਿਹਾੜੀ। ਫਿਰ ਮਿਸਤਰੀਆਂ ਪਿੱਛੇ ਦਿਹਾੜੀ? ਅੱਛਾ, ਫਿਰ ਉਹਦੇ ਵਿੱਚ ਆਣ ਕੇ ਮੁਸ਼ਕਿਲ ਨਹੀਂ ਹੋ ਜਾਂਦੀ? ਹਾਂਜੀ, ਮੁਸ਼ਕਿਲ ਨਹੀਂ ਹੋ ਜਾਂਦੀ? ਮੁਸ਼ਕਿਲ ਹੁੰਦੀ ਕਿਉਂ ਨਹੀਂ? ਹਾਂ ਜੀ, ਲਿਆਓ ਐਲੋ ਮੇਰਾ ਵੀਰ, ਪਹਿਲੇ ਠੰਡਾ ਪਾਣੀ ਪੀਵੋ। ਪਤਾ ਨਹੀਂ ਕਿਦੋਂ ਦਾ ਪਾਣੀ ਪੀਤਾ ਹੈ। ਜ਼ਫਰ, ਜ਼ਫਰ ਲਿਆ, ਕੁਛ ਨਹੀਂ ਕਹਿਣਾ ਨਵਾਜ਼ ਸਾਹਿਬ। ਹਾਂਜੀ, ਹਾਂ, ਐਲੋ ਇਹ ਪਾਓ, ਇਹ ਜੁੱਤੀ ਪਾਓ ਆਪਣੇ। ਹਾਂ, ਅੱਲਾ ਪਾਕ ਤਾਂ ਤੁਹਾਡੇ ਵਾਸਤੇ ਆਸਾਨੀਆਂ ਕਰ ਰਹੇ ਹੈ। ਹਾਂ, ਅਤੇ ਅੱਲਾ ਪਾਕ ਦੀ ਤਰਫੋਂ ਤੁਹਾਡੇ ਵਾਸਤੇ ਇੱਕ ਮਿਹਨਤ ਕਰਨ ਵਾਲੇ ਬੰਦੇ ਵਾਸਤੇ ਅੱਲਾ ਪਾਕ ਦੀ ਤਰਫੋਂ ਆਇਆ ਵਿੱਚ ਮਿਹਨਤ ਕਸ਼ ਵਾਸਤੇ ਜਿਹੜਾ ਗਰਮੀ 'ਚ, ਸ਼ਦੀਦ ਗਰਮੀ 'ਚ। ਹਾਂਜੀ, ਗਿਣੋ ਕਿੰਨੇ ਆ। ਅਗਰ ਹਮਾਰੀ ਵੀਡੀਓ ਪਸੰਦ ਆਤੀ ਹੈ ਤੋ ਲਾਈਕ ਕਰੇ, ਸਬਸਕ੍ਰਾਈਬ ਕਰੇ ਔਰ ਬੈਲ ਆਈਕਨ ਪੇ ਕਲਿੱਕ ਕਰੇ। ਇਹ 20,000 ਰੁਪਇਆ ਵਾ, ਤੁਹਾਨੂੰ ਗਿਣ ਚ ਭਰੇਖਾ ਲੱਗ ਗਿਆ ਜਾਂ ਗਰਮੀ ਨੇ ਮਤ ਮਾਰਤੀ? ਸੰਤ ਨਾ ਘਾਟਾ ਪਾ। ਇਹ ਕਿੰਨੇ ਆ? 20,000 ਰੁਪਏ ਦੁਬਾਰਾ ਗਿਣ ਲੈਣਾ ਜੇ ਘੱਟ ਹੁੰਦੇ ਸੀ ਜੁਰਮਦਾਰ। ਹਾਂਜੀ, ਹਾਂ, ਤੇ ਇਹ ਮੇਰਾ ਵੀਰ, ਇਹ ਅੱਲਾ ਪਾਕ ਦੀ ਤਰਫੋਂ, ਸਭ ਤੋਂ ਪਹਿਲੇ ਤਾਂ ਅੱਲਾ ਪਾਕ ਦੀ ਤਰਫੋਂ, ਫਿਰ ਉਸ ਤੋਂ ਬਾਅਦ ਇਹ ਜ਼ਰੀਆ ਬਣੇ ਨੇ ਨਵਾਜ਼ ਸਾਹਿਬ,
मेरे के दोस्त ने तारा जी आकब साहब हाँ जी ते आकब साहब ने बाहरों पैसे भेजे सी ते उन्हें आख्या सीगा कि उस बंदे नूं दिओ जिहड़ा मेहनत करदा होवे किसी पेशावर नूं दिओ किसी मेहनत वाले कर दिओ ते मेरा ख्याल है इस गर्मी दे विच सख्त मेहनत कोई नहीं हैगी ते जिहड़े आकब साहब ने उन्हां दे वालदैन जिहड़े ने उन्हां नूं दुआ करनी है मुहम्मद सलीम साहब ने जिहड़े फौत हो चुके ने समीना सलीम मरहूम देखो ने की गल आखी है कि मेरे वालदैन वास्ते दुआ करो हर चुके दुआ कर दो उन्होंने वास्ते कि अल्लाह पाक उन्हें दर्जात बुलंद करे अल्लाह पाक उन्होंने जन्नत फरदौस जगह दे जो आकब साहब ने जो थोड़े वास्ते जरिया बने ने थोड़े से वसीला बने ने वो परदेश रहिंदे ने उन्होंने कोई नहीं पता कि पैसे किनू जाने हैं लेकिन उन्होंने एतमाद आ कि साढ़े पैसे किसी हकदार नूं जाने हैं तो उन्होंने वास्ते आकब साहब वास्ते दुआ करनी है कि अल्लाह पाक उन्होंने वास्ते जिंदगी आसान कर दे अल्लाह पाक उन्हें बीमारियों से बचा अल्लाह पाक उन्हें सलामती दे कोई खुशी मिली है हाँ जी क्यों पहले तो ये दसो तुम्हें की खुशी मिली है की महसूस की तरह देखो जो खुशियां तो रब देने वाला तो रब ने दी खुशी है की महसूस कर दे कि अज जेन च है सी कि सानू बंदा कोई राह चक्कर दे ते अल्लाह ने वसीले बनाए अल्लाह पाक दे वसीले ने तुसी चाहंदे हो कि तुहाडा कारोबार होर बेहतर हो जाए हां जी मैं अपना कोई कारोबार करा ते रेड़ी ते की करोगे कोई सर्दियां दी चीज बेचांगा रख मशरूम की नाम नोट कर लो जिथे रब ने 20,000 रुपए भेजे ने असी दुआ करांगे कि अल्लाह पाक इन्हां वास्ते रेड़ी भेज दे ठीक है ते रेड़ी अगर मिल जावे ते फिर उन्हें बेचियो ना हां ओ खुदा दी तरफों आई है उन्हें बेचियो ना ते जिंदे वास्ते रहो अल्लाह हाफिज़।